ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਨੀ ਦਾ ਟੇਸਟੀ ਖਾਣਾ ਚੈਨਲ ਦੇ ਅੱਜ ਆਪਾਂ ਹਰੀ ਜਿਹੜੀ ਮੂੰਗੀ ਹੁੰਦੀ ਹੈ ਸਾਬਤ ਉਹਦੀ ਰੈਸਪੀ ਪਲੱਸ ਉਹਦੇ ਫਾਇਦੇ ਦੱਸਾਂਗੇ ਤੇ ਬਹੁਤ ਹੀ ਸ਼ਾਰਟਕੱਟ ਜਿਹੇ ਤਰੀਕੇ ਨਾਲ ਦੱਸਾਂਗੇ ਜਿਹੜੀ ਚੀਜ਼ ਤੁਹਾਨੂੰ ਆਲਰੇਡੀ ਪਤਾ ਉਹਦੇ ਤੇ ਆਪਾਂ ਟਾਈਮ ਵੇਸਟ ਨਹੀਂ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹਰੀ ਮੂੰਗੀ ਜਿਹੜੀ ਵੀ ਤੁਸੀਂ ਬਣਾਣੀ ਹੈਗੀ ਆ ਉਹਨੂੰ ਤੁਸੀਂ ਛੋੜੀ ਜਿਹੀ ਜਾਨੀ ਕਿ ਕੋਕੋਲੀ ਦੇ ਰੂਪ ਦੇ ਵਿੱਚ ਲੈ ਕੇ ਉਹਨੂੰ ਭਿਗੋ ਕੇ ਰੱਖ ਦਿਓ 4 ਤੋਂ 5 ਘੰਟਿਆਂ ਦੇ ਲਈ ਤੇ ਨਾਲ ਹੀ ਤੁਸੀਂ ਆਪਣਾ ਤੜਕਾ ਤਿਆਰ ਕਰ ਲਓ ਜਿਹਦੇ ਵਿੱਚ ਪਿਆਜ਼ ਲਸਣ ਅਦਰਕ ਹਰੀ ਮਿਰਚ ਇੱਕ ਪਲੇਟ 'ਚ ਕੱਟ ਲਓ ਤੇ ਜਿਹੜਾ ਟ ਥੋੜੇ ਜਿਹਾ ਤੁਹਾਨੂੰ ਇਹਦੇ ਲਈ ਸੁੱਕੇ ਮਸਾਲੇ ਵੀ ਚਾਹੀਦੇ ਹੋਣਗੇ ਜਿਵੇਂ ਕਿ ਸੁੱਕਾ ਧਨੀਆ ਜੀਰਾ ਤੇ ਹਰੀ ਲਾਲ ਮਿਰਚਾਂ ਸੁੱਕੀਆਂ ਇਦੇ ਨਾਲ ਕੀ ਹੈ ਕਿ ਜਿਹੜੀ ਦਾਲ ਆਪਣੀ ਬਹੁਤ ਹੀ ਵਧੀਆ ਰੈਸਟੋਰੈਂਟ ਸਟਾਈਲ ਬਣਦੀ ਹੈ ਡਾਈਜੈਸ਼ਨ ਵੀ ਇਹਦੇ ਨਾਲ ਇੰਪਰੂਵ ਹੁੰਦਾ ਫਿਰ ਇੱਕ ਕੁੱਕਰ ਦੇ ਵਿੱਚ ਤੁਸੀਂ ਇੱਕ ਤੋਂ ਦੋ ਟੇਬਲस्पून ਦੇਸੀ ਘੀ ਜਾਂ ਫਿਰ ਸਰੋਂ ਦਾ ਤੇਲ ਲੈ ਕੇ ਉਹਦੇ ਵਿੱਚ ਜੀਰਾ ਪਾ ਦੇਣਾ ਤੇ ਫਿਰ ਤੁਸੀਂ ਨਮਕ ਮਿਰਚ ਹਲਦੀ ਮਸਾਲਾ ਪਾ ਕੇ ਚਾਰ ਗਲਾਸ ਪਾਣੀ ਪਾ ਦੇਣਾ ਅਗਰ ਇੱਕ ਕੌਲੀ ਤੁਹਾਡੇ ਕੋਲ ਹਰੀ ਮੂੰਗੀ ਹੈਗੀ ਤੇ ਜਦੋਂ ਉਹ ਬੋਇਲ ਹੋਣ ਲੱਗੇਗੀ ਉਸ ਤੋਂ ਬਾਅਦ ਆਪਾਂ ਕੁਝ ਹੋਰ ਕਰਨਾ ਹੈ ਸੋ ਇਹ ਪ੍ਰੋਸੈਸ ਤੁਹਾਨੂੰ ਆਲਰੇਡੀ ਪਤਾ ਹੈ ਕਿ ਦਾਲ ਬਣਾਉਣ ਲਈ ਇਦਾਂ ਪਾਣੀ ਪਾ ਕੇ ਸਾਰੀਆਂ ਚੀਜ਼ਾਂ ਪਾਉਣੀਆਂ ਨੇ ਸੋ ਇਹ ਮੈਂ ਸ਼ੂਟ ਨਹੀਂ ਕੀਤਾ ਜਦੋਂ ਤੁਹਾਡਾ ਇਦਾਂ ਪਾਣੀ ਉਬਲਣ ਲੱਗ ਜੇ ਉਦੋਂ ਤੁਸੀਂ ਜਿਹੜੀ ਧੋਤੀ ਵੀ ਮੰਗੀ ਆ ਜਾਂ ਭਿੱਜੀ ਵੀ ਮੰਗੀ ਉਹਨੂੰ ਚੰਗੀ ਤਰ੍ਹਾਂ ਪਿਘੋ ਕੇ ਪਾਣੀ ਡਿਸਕਾਰਡ ਕਰਕੇ ਇਹਦੇ ਵਿੱਚ ਪਾ ਦੇਣੀ ਆ ਤੁਹਾਨੂੰ ਇਹ ਪਤਾ ਹੋਏਗਾ ਗੇ ਜਿਹੜੀ ਹਰੀ ਮੂੰਗੀ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ ਤੇ ਮੈਂ ਤੁਹਾਨੂੰ ਵਿੱਚ ਦੀ ਇਹ ਵੀ ਦੱਸਦਾ ਕਿ ਹੁਣ ਦਾਲ ਪਾਨ ਤੋਂ ਆਦੇ ਨੂੰ ਡਾਇਰੈਕਟ ਢੱਕਣ ਬੰਦ ਕਰਨ ਦੀ ਜਗ੍ਹਾ ਥੋੜਾ ਜਿਹਾ ਮਿਕਸ ਕਰਕੇ ਪਾ ਦੇਣਾ ਨਮਕ ਜਿਹੜਾ ਹੈਗਾ ਤੁਸੀਂ ਟੇਸਟ ਦੇ ਮੁਤਾਬਕ ਪਾ ਸਕਦੇ ਹੋ ਮਿਰਚ ਵੀ ਤੁਸੀਂ ਆਦੇ ਟੇਸਟ ਦੇ ਮੁਤਾਬਕ ਜਾਂ ਫਿਰ ਅੱਧਾ ਚਮਚ ਪਾ ਸਕਦੇ ਹੋ ਤੇ ਇਹ ਤੋਂ ਫਿਰ ਬਾਅਦ ਤੁਸੀਂ ਹਲਦੀ ਥੋੜਾ ਥੋੜਾ ਤੇ ਫਿਰ ਜਿਹੜੀ ਵਿਸਲ ਜਾਨੀ ਹੈਗੀ ਆ ਉਹ ਤੁਸੀਂ 3-4 ਜਾਂ 5 ਤੱਕ ਵੀ ਵਿਸਲ ਲਵਾ ਸਕਦੇ ਹੋ ਜੇਕਰ ਮੂੰਗੀ ਤੁਸੀਂ ਥੋੜਾ ਘੱਟ ਪੀਗੋਈ ਹੈ ਉਸ ਤੋਂ ਬਾਅਦ ਤੁਸੀਂ ਖੋਲ ਕੇ ਦੇਖਿਓ ਇਹ ਬਹੁਤ ਸੋਹਣੀ ਰਲ ਜਾਏਗੀ ਤੇ ਮੈਂ ਤੁਹਾਨੂੰ ਦੱਸਦਾ ਕਿ ਹਰੀ ਮੂੰਗੀ metabolisim ਨੂੰ ਵਧਾਉਂਦੀ ਹੈ ਜਿਸ ਦੇ ਨਾਲ ਤੁਹਾਡਾ weight ਵੀ ਜਲਦੀ lose ਹੁੰਦਾ ਹੈ ਇਹਨੂੰ ਖਾ ਕੇ পেট ਭਰਿਆ ਮਹਿਸੂਸ ਕਰਦਾ ਹੈ ਜਿਸ ਦੇ ਕਰਕੇ ਆਪਾਂ ਬਾਰ-ਬਾਰ ਜਿਹੜਾ ਹੈਗਾ ਭੁੱਖ ਤੋਂ ਬਚਦੇ ਹਾਂ ਬਾਰ-ਬਾਰ ਖਾਣ ਤੋਂ ਬਚਦੇ ਹਾਂ ਇਹਦੇ ਵਿੱਚ potassium iron ਤੇ protein ਦੀ ਭਰਪੂਰ ਮਾਤਰਾ ਹੁੰਦੀ ਹੈ ਤੇ ਇਹ blood pressure ਨੂੰ ਵੀ ਘਟਾਉਂਦੀ ਹੈ ਤੇ musclesपेशੀਆਂ ਦੇ ਵਿੱਚ ਜਿਹੜੀ ਕਹਿ ਲਓ ਕਿ ਕੜਿੱਲ ਪਏ ਹੁੰਦੇ ਉਹ ਵੀ ਠੀਕ ਹੋ ਜਾਂਦੇ ਨੇ ਹੁਣ ਆਪਾਂ ਤੜਕਾ ਲਗਾਉਣ ਲਈ ਇੱਕ ਕੜਾਈ ਲਈ ਹੈ ਤੇ ਉਹਦੇ ਵਿੱਚ ਆਪਾਂ ਦੇਸੀ ਘੀ ਪਾਇਆ ਹੈ ਦੇਸੀ ਘੀ ਪਾ ਕੇ ਇਹਦੇ ਵਿੱਚ ਆਪਾਂ ਜੀਰਾ ਸੁੱਕਾ ਧਨੀਆ ਤੇ ਜਿਹੜੀ ਲਾਲ ਮਿਰਚ ਹੈਗੀ ਉਹ ਪਾ ਦਾਂਗੇ ਹੁਣ ਤੁਸੀਂ ਸੋਚੋਗੇ ਜੀਰਾ ਆਪਾਂ ਪਹਿਲਾਂ ਹੀ ਪਾਇਆ ਸੀ ਜਿੰਨਾ ਵੀ ਜੀਰਾ ਤੁਸੀਂ ਟੋਟਲ ਪਾਣਾ ਉਹਨੂੰ ਦੋ ਹਿੱਸਿਆਂ 'ਚ ਵੰਡ ਲੈਣਾ ਜੀ ਅੱਧਾ ਪਹਿਲਾਂ ਤੇ ਅੱਧਾ ਬਾਅਦ ਵਿੱਚ ਠੀਕ ਹੈ ਤੇ ਫੇਰ ਇਹਨੂੰ ਥੋੜਾ ਜਿਹਾ ਚਟਕਣ ਦਵਾਂਗੇ ਆਪਾਂ ਅਗੇਨ ਸੋ ਥੈਟ ਕੀ ਇਹਦਾ ਜਿਹੜਾ ਰੋਸਟ ਹੋ ਕੇ ਅਰੋਮਾ ਦੀ ਅੱਛੇ ਤਰੀਕੇ ਨਾਲ ਆ ਜਾਏ ਤੁਸੀਂ ਚਾਹੋ ਤਾਂ ਇੱਥੇ ਥੋੜੀ ਜੀ ਹਿੰਗ ਵੀ ਪਾ ਸਕਦੇ ਹੋ ਮੈਂ ਅੱਜ ਇਸਤੇਮਾਲ ਨਹੀਂ ਕੀਤੀ ਕਿਉਂਕਿ ਘਰ ਵਿੱਚ ਅਵੇਲੇਬਲ ਨਹੀਂ ਸੀ ਉਹਦੇ ਨਾਲ ਵੀ ਕਾਫੀ ਵਧੀਆ ਹਾਜਮਾ ਹੋ ਜਾਂਦਾ ਤੇ ਟੇਸ ਵੀ ਵਧੀਆ ਆ ਜਾਂਦਾ ਉਹਨੇ ਜਿਹੜਾ ਇਹਨਾਂ ਭੁੰਨ ਲਾਂਗੇ ਤੜਕੇ ਨੂੰ ਤੁਸੀਂ ਪਹਿਲਾਂ 50% ਭੁੰਨਣਾ ਯਾਨੀ ਕਿ ਜਦੋਂ ਥੋੜਾ ਟਰਾਂਸਪੇਰੈਂਟ ਹੋਣ ਲੱਗੇ ਤੇ ਥੋੜਾ ਜਿਹਾ ਇਹ ਘਿਓ ਨੂੰ ਸੈਪਰੇਟ ਕਰਦੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਉਦੋਂ ਸਮਝੋ ਕਿ ਤੜਕਾ ਆਲਮੋਸਟ 50% ਜਾਂ ਉਸ ਤੋਂ ਬਾਅਦ ਪੱਕ ਗਿਆ ਫਿਰ ਤੁਸੀਂ ਇਹਦੇ ਵਿੱਚ ਬਾਕੀ ਦੀਆਂ ਚੀਜ਼ਾਂ ਪਾਣੀਆਂ ਨੇ ਯਾਨੀ ਕਿ ਟਮਾਟਰ ਵਗੈਰਾ ਜੇਕਰ ਤੁਸੀਂ ਪਿਆਜ਼ ਦੇ ਨਾਲ ਹੀ ਟਮਾਟੋ ਪਾ ਦਿੰਨੇ ਆ ਤਾਂ ਤੁਹਾਡਾ ਪਿਆਜ਼ ਕੱਚਾ ਰਹਿ ਜਾਏਗਾ ਤੇ ਉਹ ਸਾਰੀ ਸਬਜ਼ੀ ਦੀ ਜਿਹੜੀ ਟੇਸਟ ਹੈਗਾ ਉਹਨੂੰ ਡੈਮੇਜ ਕਰ ਦੇਗਾ ਸੋ ਇਸ ਤਰ੍ਹਾਂ ਆਪਾਂ ਟਮਾਟੋ ਪਾ ਕੇ ਵੀ ਇਹਨੂੰ ਥੋੜੀ ਦੇਰ ਲਈ ਭੁੰਨ ਲੈਣਾ ਹੈ ਹਰੀ ਮੰਗੀ ਤੁਸੀਂ ਸਪਰਾਉਟਸ ਬਣਾ ਕੇ ਵੀ ਖਾ ਸਕਦੇ ਹੋ ਉਹ ਵੀ ਤੁਹਾਡੀ ਸਿਹਤ ਲਈ ਕਾਫੀ ਅੱਛੀ ਹੁੰਦੀ ਹੈ ਮਾਰਨਿੰਗ 'ਚ ਅਗਰ ਤੁਸੀਂ ਐਮਪਟੀ ਸਟਮਕ ਖਾਣੇ ਹੋ ਤੇ ਵੈਸੇ ਵੀ ਪ੍ਰੋਟੀਨ ਦਾ ਅੱਛਾ ਸੋਰਸ ਹੈਗਾ ਸੋ ਇਹਨੂੰ ਜ਼ਰੂਰ ਇਸਤੇਮਾਲ ਕਰਿਆ ਕਰੋ ਆਪਣੇ ਬੱਚਿਆਂ ਨੂੰ ਵੀ ਤਿਆਰ ਕਰੋ ਜਦੋਂ ਤੁਹਾਡਾ ਤੜਕਾ ਅੱਛੇ ਤਰੀਕੇ ਨਾਲ ਪੱਕ ਜਾਏ ਗਲ ਜੇ ਫਿਰ ਤੁਸੀਂ ਇਹਨੂੰ ਜਿਹੜੀ ਦਾਲ ਆਪਾਂ ਬਣਾ ਕੇ ਚ ਪਾ ਦੇਣਾ ਤੁਹਾਨੂੰ ਪਹਿਲਾਂ ਲੱਗੇਗਾ ਸ਼ਾਇਦ दाल ਥੋੜੀ ਪਤਲੀ ਹੈ ਪਰ ਉਹ ਇੰਨੀ ਕੀ ਰਨਿੰਗ ਰੱਖਣੀ ਪਊਗੀ ਆਪਾਂ ਨੂੰ ਕਿਉਂਕਿ ਆਪਾਂ ਇਹਦੇ ਵਿੱਚ ਤੜਕਾ ਵੀ ਐਡ ਕਰਨਾ ਹੈ ਜਿਆਦਾ ਗਾੜੀ ਰੱਖੋਗੇ ਤਾਂ ਫਿਰ ਬਹੁਤ ਜ਼ਿਆਦਾ ਥਿੱਕ ਹੋ ਜਾਏਗੀ ਤੇ ਖਾਣ ਚ ਟੇਸਟੀ ਨਹੀਂ ਲੱਗੇਗੀ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਤੜਕਾ ਰੈਡੀ ਹੈ ਤੇ ਬਾਅਦ ਵਿੱਚ ਤੁਸੀਂ ਇਹਦੇ ਵਿੱਚ ਦੇਸੀ ਕੀ ਐਡ ਕਰ ਸਕਦੇ ਹੋ ਉੱਪਰ ਤੋਂ ਤਾਂ ਕਿ ਇਹਦੇ ਟੇਸਟ ਨੂੰ ਵਧੀਆ ਆਪਾਂ ਨੂੰ ਲੱਗੇ ਪਲੱਸ ਇਹ ਖਾਣ ਚ ਟੇਸਟੀ ਦੇ ਨਾਲ ਨਾਲ ਪੋਸਟਿਵ ਵੀ ਬਣ ਜਾਏ ਤੇ ਉਸ ਵੇਲੇ ਤੁਸੀਂ ਸਰਵ ਕਰੋ ਤੇ ਇਹਨੂੰ ਇੰਜੋਏ ਕਰੋ ਗਰਮਾ ਗਰਮ ਫੁਲਕਿਆਂ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ